ਦੈਲੀ ਪੋਸਟ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੇਰੇ ਵੱਲੋਂ ਜਾਨਕੀ ਸੁਖਾ ਖੇੜੀ ਵੱਲੋਂ ਸਵਾਗਤ ਹੈ ਅੱਜ ਜਿੱਥੇ ਬਕਰਾਈ ਜਾਨਕੀ ਈਦ ਉਲ ਅਜ਼ਾਹ ਮੁਸਲਿਮ ਭਾਈਚਾਰੇ ਦਾ ਵੱਡਾ ਤਿਹਾੜਾ ਜੋ ਤਿੰਨ ਦਿਨ ਚੱਲਦਾ ਤੇ ਅੱਜ ਆਖਰੀ ਦਿਨ ਆ ਤੇ ਉਸ ਦੇ ਨਾਲ ਜੇਕਰ ਗੱਲ ਕਰੀਏ ਰੱਖੜੀਆਂ ਦਾ ਤਿਹਾੜ ਇੱਕ ਭੈਣ ਭਰਾ ਦਾ ਪਵਿੱਤਰ ਦਿਨ ਮੰਨਿਆ ਜਾਂਦਾ ਰੱਖੜੀ ਦਾ ਤਿਹਾੜ ਵੀ ਆ ਕਹਿ ਸਕਦੇ ਹਿੰਦੂ ਮੁਸਲਿਮ ਸਿੱਖ ਭਾਈਚਾਰੇ ਦੇ ਤਿਹਾੜ ਨੇ ਪਰ ਅੱਜ ਅਸੀਂ ਏਸ਼ੀਆ ਦੀ ਸਭ ਤੋਂ ਵੱਡੀ ਈਦਗਾ ਜੋ ਮਲੇਰਕੋਟਲੇ ਮੌਜੂਦ ਆ ਉੱਥੇ ਆਏ ਆ ਜਿੱਥੇ ਦੀ ਖੂਬਸੂਰਤੀ ਵੇਖਣ ਤੇ ਹੀ ਬਣਦੀ ਹੈ ਪਰ ਦੱਸਿਆ ਕਿ ਇਸ ਸਾਲ ਮੁਸਲਿਮ ਭਾਈਚਾਰੇ ਦੇ ਦੋ ਬੇहद ਵੱਡੇ ਤਿਉਹਾਰ ਆਏ ਈਦ-ਉਲ-ਫਤਰ ਜਿਸ ਨੂੰ ਮਿੱਠੀ ਕਿਹਾ ਜਾਂਦਾ ਹੈ ਅਤੇ ਈਦ-ਉਲ-ਅਜ਼ਾਹ ਜਿਸ ਨੂੰ ਬਕਰਾਇ ਦਾ ਤਿਉਹਾਰ ਕਿਹਾ ਜਾਂਦਾ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਮਾਜ਼ ਨਮਾਜ਼ੀਆਂ ਦੇ ਲਈ ਜਗ੍ਹਾ ਇੱਥੇ ਬਣਾਈ ਗਈ ਹੈ ਖੂਬਸੂਰਤ ਤਰੀਕੇ ਦੇ ਨਾਲ ਪਰ ਅਫਸੋਸ ਇਸ ਕੋਰੋਨਾ ਮਹਾਮਾਰੀ ਦੇ ਚੱਲਦੇ ਆ ਇੱਥੇ ਨਮਾਜ਼ ਜਿਹੜੀ ਆ ਗਈ ਹੈ ਸਰਕਾਰ ਵੱਲੋਂ ਪੜਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਹਣੇ ਇੱਕ ਸਾਲ ਹੋਰ ਅੱਗੇ ਚਲਾ ਗਿਆ ਵੇਖਣਾ ਹੋਵੇਗਾ ਕਿ ਉਦੋਂ ਤੱਕ ਕਰੋਨਾ ਮਹਾਮਾਰੀ ਦਾ ਪ੍ਰਕੋਪ ਰਹੇਗਾ ਜਾਂ ਨਹੀਂ ਪਰ ਦੂਸਰੀ ਤਰਫ ਦੀ ਇੱਕ ਹੋਰ ਤਸਵੀਰ ਤੁਹਾਨੂੰ ਦਿਖਾਵਾਂਗੇ ਜਿਸ ਦੇ ਵਿੱਚ ਈਦਗਾ ਦੇ ਵਿੱਚ ਪਹੁੰਚੇ ਨੇ ਮਲੇਰ ਕੋਟਲਾ ਦੇ ਰਿਟਾਇਰਡ ਐਸਪੀ ਸਰਦਾਰ ਮਨਜੀਤ ਸਿੰਘ ਬਾਰਾਤ ਤੇ ਉਹਨਾਂ ਦੇ ਨਾਲ ਮਹੰਤ ਦਾਸ ਸਰੂਪ ਸਰੂਪ ਜੀ ਨੇ ਮੁਸਲਿਮ ਵਰਗਾ ਸਿੱਖ ਵਰਗਾ ਹਰ ਤਰਮ ਦੇ ਜਿਹੜੇ ਲੋਕ ਨੇ ਉੱਥੇ ਪਹੁੰਚੇ ਨੇ ਜਿੱਥੇ ਇੱਕ ਅਜ ਨਵੀਂ ਰੀਤ ਪੈਦਾ ਕੀਤੀ ਹੈ ਜਿੱਥੇ ਲੋਕ ਕੁਰਬਾਨੀ ਦਾ ਅਗੋਸ਼ ਜਿਹੜਾ ਹੈਗਾ ਉਹ ਲੋਕਾਂ 'ਚ ਤਕਸੀਮ ਕਰਦੇ ਨੇ ਪਰ ਅੱਜ ਨਵੀਂ ਰੀਤ ਇਹ ਆ ਕਿ ਇੱਥੇ ਬੂਟੇ ਵੰਡੇ ਗਏ ਨੇ ਜੀ ਹਾਂ ਬੂਟੇ ਵੰਡੇ ਗਏ ਨੇ ਰਖੜੀ ਤੇ ਬਕਰਾਈ ਯਾਨਕੀ ਈਦ-ਉਲ-ਅਜ਼ਾ ਦੇ ਤਿਹਾੜ ਦੇ ਮੌਕੇ ਵੱਡੀ ਗੱਲਬਾਤ ਆ ਕਿ ਬੂਟੇ ਲਗਾ ਕੇ ਅੱਜ ਦੇ ਇਸ ਮਹਾਨ ਦਿਨ ਦੀ ਚੰਗੇ ਤਰੀਕੇ ਨਾਲ ਸ਼ੁਰੂਆਤ ਕੀਤੀ ਗਈ ਹੈ ਸਾਰੇ ਹੀ ਧਰਮਾਂ ਦੇ ਵਿਅਕਤੀਆਂ ਵੱਲੋਂ ਗੱਲਬਾਤ ਕਰ ਲੈਣੇ ਆ ਸਾਡੇ ਨਾਲ ਐਸਪੀ ਸਰਦਾਰ ਮਨਜੀਤ ਸਿੰਘ ਬਰਾੜ ਮੌਜੂਦ ਨੇ ਅ ਸਰ ਕੀ ਕਹੋਗੇ ਅੱਜ ਸ਼ੁਰੂਆਤ ਕੀਤੀ ਗਈ ਆ ਬੂਟਿਆਂ ਬੰਦ ਕੇ ਤੇ ਲਗਾ ਕੇ ਇੱਕ ਈਦਗਾ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਮੁਸਲਮਾਨ ਭਾਈਚਾਰੇ ਨੂੰ ਬਖਰੀ ਦੀ ਬਹੁਤ-ਬਹੁਤ ਲੱਖ-ਲੱਖ ਮੁਬਾਰਕ ਵਧਾਈ ਦਿਨਾ ਜਿਨ੍ਹਾਂ ਨੇ ਅੱਜ ਬੂਟਿਆਂ ਦੀ ਸ਼ੁਰੂਆਤ ਕੀਤੀ ਆ ਕਿਉਂਕਿ ਇਹ ਇੱਕ ਨਵੀਂ ਰੀਤ ਸ਼ੁਰੂ ਹੋਈ ਆ ਕਿਉਂਕਿ ਅੱਜ ਦੇ ਜਮਾਨੇ 'ਚ ਆਕਸੀਜਨ ਦੀ ਬਹੁਤ ਜ਼ਿਆਦਾ ਲੋੜ ਆ ਕਿਉਂਕਿ ਪਾਪੂਲੇਸ਼ਨ ਵੱਧ ਰਹੀ ਆ ਤੇ ਵਹੀਕਲ ਵੱਧ ਰਹੇ ਆ ਜਿਸ ਕਰਕੇ ਕਾਰਬਨ ਡਾਈਆਕਸਾਈਡ ਬਹੁਤ ਜ਼ਿਆਦਾ ਪੈਦਾ ਹੋ ਰਹੀ ਆ ਪਰ ਇਨਸਾਨ ਨੂੰ ਆਕਸੀਜਨ ਦੀ ਲੋੜ ਆ ਉਹ ਸਿਰਫ ਸਾਨੂੰ ਇੱਕ ਦਰਖਤਾਂ ਤੋਂ ਮਿਲ ਸਕਦੀ ਆ ਇੱਕ ਅੱਜ ਹਿੰਦੂ ਤੇ ਸਿੱਖ ਭਾਈਚਾਰੇ ਦਾ ਆਪਣਾ ਰਖੜੀਆਂ ਦਾ ਤਿਆਰ ਹੈ ਜਿਹੱਚ ਭੈਣ ਭਰਾ ਦਾ ਰਿਸ਼ਤਾ ਆ ਜਿਹਦੇ ਵਿੱਚ ਕੋਈ ਵਚਨ ਕੀਤਾ ਜਾਂਦਾ ਆ ਅੱਜ ਉਹਦੇ ਵਿੱਚ ਇੱਕ ਦਰਖਤ ਲਾਇਆ ਜਾਣਾ ਕਿ ਬਹੁਤ ਵਧੀਆ ਆ ਤਾਂ ਕਿ ਇੱਕ ਆਕਸੀਜਨ ਆ ਕਿਉਂਕਿ ਆਉਣ ਵਾਲੇ ਜਿਹੜੇ ਪਨੀਰ ਈੜੀ ਆ ਸਾਡੀ ਉਹਨਾਂ ਨੂੰ ਆਕਸੀਜਨ ਦੀ ਬਹੁਤ ਕਮੀ ਰਹੂਗੀ ਕਿ ਕੁਦਰਤ ਦੇ ਸੌਮੇ ਬਹੁਤ ਘਟਦੇ ਜਾ ਰਹੇ ਖਾਸ ਕਰਕੇ ਆਕਸੀਜਨ ਦੇ ਇਸ ਵਿੱਚ ਅਫਦਰ ਸਤਾਰ ਹਾਂਡੇ ਵਾਲੇ ਨੇ ਕਰੀਬ 3000 ਦੇ ਕਰੀਬ ਬੂਟਾ ਜਰੋਂ ਦਾ வன ਵਿਭਾਗ ਵੱਲੋਂ 1 ਜੁਲਾਈ ਤੋਂ ਚੱਲਿਆ ਉਦੋਂ ਦੇ ਵੰਡ ਤੇ ਆ ਨਾਲੇ ਹੋਮੋਪੈਥੀ ਦੀ ਦਵਾਈ ਵੰਡੀ ਆ ਇਹਦੇ ਵਿੱਚ ਸਾਰੀਆਂ ਪੋਲਿਟিক্যাল ਪਾਰਟੀਆਂ ਸਾਰੇ ਰਾਜਨੀਤਿਕ ਤੇ ਸਾਰੇ ਸੋਸ਼ਲ ਐਕਟੀਵਿਟੀ ਸਾਰੇ ਜਿੰਨੇ মিডিਆ ਵਾਲੇ ਸੀ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਇਸ ਕਰਕੇ ਇਹ ਜਿਹੜੇ ਅੱਜ ਬੂਟੇ ਲਾਏ ਗਏ ਆ ਆਉਣ ਵਾਲੀ ਪੀੜ੍ਹੀ ਦੇ ਲਈ ਬਹੁਤ ਵਧੀਆ ਅਗਲੇ ਸਾਲ ਨੂੰ ਪ੍ਰਮਾਤਮਾ ਤੋਂ ਅੱਲਾਹ ਤੋਂ ਅ ਦੁਆ ਮੰਗਦੇ ਆ ਵੀ ਈਦ ਇਥੇ ہزارਾਂ ਦੀ ਗਿਣਤੀ ਜਿਵੇਂ ਪਹਿਲਾਂ ਲੱਗਦੀ ਓਸੇ ਤਰ੍ਹਾਂ ਲੱਗੇ ਤੇ ਜਿਹੜੇ ਬੂਟੇ ਆ ਉਹਨਾਂ ਨੂੰ ਛਾਂ ਦੇਣ ਤੇ ਉਹਨਾਂ ਨੂੰ ਆਕਸੀਜਨ ਦੇ ਬੇਕੋ ਕੀ ਕਹੋਗੇ ਜੀ ਅੱਜ ਇਧਗਾ ਵਿਖੇ ਐਸਪੀ ਸਾਹਿਬ ਆਏ ਆ ਤੇ ਕੀ ਕਹੋਗੇ ਅਸੀਂ ਇਹੀ ਕਹਾਂਗੇ ਜੀ ਐਸਪੀ ਸਾਹਿਬ ਨੇ ਬੂਟੇ ਲਾਉਣ ਦੀ ਪ੍ਰਕਿਰਿਆ ਸ਼ੁਰੂ ਕਰੀ ਹੈ ਜੀ ਇਹ ਬਹੁਤ ਸਲਾਘਾਯੋਗ ਕੰਮ ਹੈ ਤੇ ਬਹੁਤ ਵਧੀਆ ਕੰਮ ਹੈ ਬੱਕਰਾ Eid ਦੇ ਤਿਹਾਰ ਤੇ ਤੇ ਆਕਸੀਜਨ ਦਾ ਕੰਮ ਕਰਿਆ ਇਹਨਾਂ ਨੇ ਬਹੁਤ ਅੱਛਾ ਕੰਮ ਕਰਿਆ ਅਸੀਂ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਦਾਖਿਲ ਹੈ ਸਾਰੇ ਧਰਮਾਂ ਦੇ ਲੋਕ ਆਏ ਨੇ ਬਸ ਆਹੋ ਹੀ ਕਹਣਾ ਮੈਂ ਸਾਰੇ ਧਰਮਾਂ ਦੇ ਲੋਕ ਆਏ ਨੇ ਸਿੱਖ, ਮੁਸਲਮਾਨ, ਹਿੰਦੂ ਸਾਰੇ ਆਏ ਨੇ ਅਸੀਂ ਇਹਨਾਂ ਦਾ ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ ਦਾਖਿਲ ਕਰਦੇ ਹਾਂ ਜੀ ਬਿਲਕੁਲ ਜੀ ਇੱਥੇ ਇੱਕ ਹੋਰ ਜਿਹੜੇ ਵਿਅਕਤੀ ਨੇ ਅਮਨਦੀਪ ਸਿੰਘ ਉਹਨਾਂ ਨਾਲ ਗੱਲ ਕਰਨੇ ਆ ਕੀ ਕਹੋਗੇ ਮਲੇਰਕੋਟਲਾ ਦੀ ਅਫਸੀ ਸਾਂਝ ਭਾਈਚਾਰਾ ਦੇਖਦੇ ਹੋ ਤੇ ਅੱਜ ਇੱਕ ਪ੍ਰੋਗਰਾਮ ਕੀਤਾ ਕੀ ਕਹੋਗੇ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਕਿ ਮੈਂ ਭਾਈਚਾਰਕ ਸਾਂਝ ਦੀ ਮਿਸਾਲ ਹੈ ਸ਼ਹਿਰ ਦਾ ਵਾਸੀ ਹਿੱਥੇ ਸਾਰੇ ਲੋਕ ਇੱਕ ਦੂਜੇ ਨਾਲ ਰਲ ਕੇ ਮਿਲ ਕੇ ਰਹਿੰਦੇ ਹਨ ਤੁਸੀਂ ਇਸ ਦੀ ਸਭ ਤੋਂ ਵੱਡੀ ਮਿਸਾਲ ਅੱਜ ਦੇਖ ਸਕਦੇ ਹੋ ਕਿ Eid ਦਾ ਜੋ ਕਿ ਮੁਸਲਮਾਨਾਂ ਦਾ ਇੱਕ ਪਾਕਿਸਤਾਨ ਹੁੰਦਾ ਉੱਥੇ ਇੱਕ ਸਿੱਖ ਰਿਟਾਇਰ ਵਿਅਕਤੀ ਜਿਸ ਨੇ ਸਮਾਜ ਸੇਵਾ ਦੀ ਮਿਸਾਲ ਪੈਦਾ ਕੀਤੀ ਉਹ ਆਪਣੀ ਰਿਟਾਇਰਮੈਂਟ ਤੇ ਪੌਦੇ ਲਾ ਰਿਹਾ ਤੇ ਉੱਥੇ Hindu ਧਰਮ ਦੇ ਲੋਕ ਵੀ ਆਏ ਹੋਏ ਨੇ ਇਸ ਗੱਲ ਨ ਕਰਕੇ ਇਹਨਾਂ ਗੱਲਾਂ ਕਰਕੇ ਇਹ ਸ਼ਹਿਰ ਦੀ ਬਲੱਖਣਤਾ ਇਹ ਸ਼ਹਿਰ ਦੇ ਉੱਪਰ ਜਿਹੜੀ ਗੁਰੂਆਂ ਪੀਰਾਂ ਦੀ ਬਖਸ਼ਿਸ਼ ਆ ਇਸੇ ਕਰਕੇ ਭਾਈਚਾਰਕ ਮਿਸਾਲ ਆ ਜਿਹੜੀ ਇਹ ਦੁਨੀਆ 'ਚ ਬਣਿਆ ਹੋਇਆ ਸ਼ਹਿਰ ਇਹ ਬਣੀ ਰਹੂਗੀ ਸਾਡੀ ਇਸ ਗੱਲ ਦੀ ਆਸ ਆ ਪੂਰੀ ਬਿਲਕੁਲ ਜੀ ਮਹਾਂਤ ਦਾਦ ਜੀ ਨੇ ਸਰੂਪ ਜੀ ਸਰੂਪ ਜੀ ਕੀ ਕਹੋਗੇ ਆਪਸੀ ਭਾਈਚਾਰਕ ਸਾਝ ਸ਼ਹਿਰ ਦਾ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਮੁਸਲਮ ਪਾਈਚਾਰੇ ਵਿੱਚ ਚਾਹ ਕਿਤੇ ਵੀ ਬੈਠਾ ਈਦੀ ਮੁਬਾਰਕਬਾਦ ਦਿੰਦਾ ਜਿੱਥੇ ਤੇ ਸਾਡੀ ਸਾਂਝ ਦਾ ਉਹ ਤਾਲੁਕ ਆ ਇਹ ਸਦੀਆਂ ਤੋਂ ਮਲੇ ਕੋਲੇ ਦੀ ਸਾਂਝ ਚੱਲੀ ਆ ਰਹੀ ਆ ਸਾਡੇ ਐਸਪੀ ਸਾਹਿਬ ਨੇ ਇਹਨੂੰ ਵਾਰ ਕਰਾ ਰੱਖਿਆ ਕਰੋਨਾ ਮਹਾਮਾਰੀ ਦੇ ਵਿੱਚ ਸਾਰੇ ਧਰਮਾਂ ਨੂੰ ਇਕੱਠੇ ਕਰਕੇ ਜਿੰਨੇ ਕਰੋਨਾ ਪੇਸ਼ੈਂਟ ਆਏ ਉਹਨਾਂ ਦੀ ਸੇਵਾ ਵਾਸਤੇ ਪਰੇਰਿਆ ਔਰ 1.5 ਸਾਲ ਦੇ ਜਦੋਂ ਵੀ ਐਸਪੀ ਸਾਹਿਬ ਹੋਰੇ ਆਏ ਨੇ ਕਮਲੇ ਕਾਲਜ ਕੋਈ ਐਸੀ ਜੀ ਗੱਲ ਨਹੀਂ ਹੋਈ ਕੋਸ਼ਿਸ਼ ਆਤੀ ਤਤਵ ਸਿੰਘ ਜੀ ਨੇ ਉਹਨਾਂ ਨੇ ਦਿਵਾ ਕੇ ਰੱਖਿਆ ਅੱਜ ਖੁਸ਼ੀ ਹੋਈ ਹੈ ਕਿ ਅਸੀਂ ਈਦ ਕਾਤੇ ਰੱਖਿਆ ਪਰੰਦਰ ਦਾ ਤਿਹਾਰਾ ਪੂਰਨਮਾਸ਼ੀਆ ਤੇ ਬਕਰੀਦ ਦਾ ਤਿਹਾਰਾ ਅਸੀਂ ਸਾਰੇ ਇਸ ਮੌਕੇ ਤੇ ਇੱਥੇ ਬੂਟੇ ਲਾ ਰਹੇ ਆਂ ਔਰ ਜਿਹੜਾ ਸਾਡਾ ਪਰਿਆਵਰਣ ਦੂਸ਼ਿਤ ਹੋ ਗਿਆ ਸੀ ਕਰੋਨਾ ਦੇ ਵਿੱਚ ਕਾਫੀ ਸ਼ੁੱਧ ਹੋਇਆ ਔਰ ਰੋਜ਼ ਸਾਡੇ ਹਜ਼ਾਰਾਂ ਜਗਤ ਸੜਕਾਂ ਦੇ ਨਾਂ ਤੇ ਦੇ ਵਿਕਾਸ ਦੇ ਨਾਂ ਤੇ ਕੱਟੇ ਜਾਂਦੇ ਸੀ ਔਰ ਇੱਕ ਦਰਖਤ ਲਾ ਕੇ ਔਰ ਸਤਾ ਜੀ ਨੇ 3000 ਤੋਂ ਉੱਪਰ ਵੋਟੇ ਵੰਡੇ ਹੋਰ ਵੀ ਇਹਨਾਂ ਦਾ ਟੀਚਾ ਕੀ 5000 ਵੋਟਾਂ ਵੰਡਾਂਗੇ ਬੜੀ ਖੁਸ਼ੀ ਹੋਈ ਆ ਕਿ ਇਹ ਜੇ ਸਾਨੂੰ ਸਭ ਨੂੰ ਪ੍ਰੇਰਨਾ ਲੱਗੇ ਇਹੇ ਜੇ ਕੰਮ ਕਰਨੇ ਚਾਹੀਦੇ ਜਾਂਦੇ ਆਂ ਤੇ ਕੀ ਕਹਾਂਗੇ ਕਿ ਕਿੰਨਾ ਫਾਇਦਾ ਹੋਗਾ ਵੋਟਿਆਂ ਦਾ ਵੋਟਾਂ ਦਾ ਜਿਹੜਾ ਸਾਡੀਆਂ ਜਿਵੇਂ ਐਸਪੀ ਸਾਹਿਬ ਨੇ ਕਿਹਾ ਵੀ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਪੋਲੂਸ਼ਨ ਵੱਧਦਾ ਜਾ ਰਿਹਾ ਆ ਆਕਸੀਜਨ ਦੀ ਕਮੀ ਹੋ ਰਹੀ ਹੈ ਇਹਦੇ ਨਾਲ ਤਾਂ ਫਾਇਦਾ ਹੋ ਜਾਣਾ ਫਾਇਦਾ ਹੋਣਾ ਇਹਦਾ ਕੋਈ ਮਿਸਾਲ ਹੀ ਨਹੀਂ ਹੈ ਜਿਹੜਾ ਆਕਸੀਜਨ ਤੋਂ ਫਾਇਦਾ ਹੋਣਾ ਤੇ ਸਾਨੂੰ ਬਹੁਤ ਖੁਸ਼ੀ ਹੋਈ ਹੈ ਜਿਹੜੀ ਸਾਡੀ ਇਹ ਟੀਮ ਵਿੱਚ ਸ਼ਾਮਲ ਹੋ ਕੇ ਸਾਡਾ ਅੱਗੇ ਦੇ ਅੱਗੇ ਕੰਮ ਵਧਾ ਰਹੇ ਨੇ ਬਿਲਕੁਲ ਜੀ ਵਾਕਈ ਕਾਬਲੇ ਤਾਰੀਫ ਜਿਹੜਾ ਕੰਮ ਹੈ ਉਹ ਮਲੇਰ ਕੋਟਲਾ ਦੀ ਏਸ਼ੀਆ ਦੀ ਸਭ ਤੋਂ ਵੱਡੀ ਈਦਗਾ ਵਿਕੇ ਵੇਖਣ ਨੂੰ ਮਿਲਿਆ ਜਿੱਥੇ ਇੱਕ ਰਿਟਾਇਰਡ ਸਿੱਖ ਜਿਹੜਾ ਪੁਲਿਸ ਆਫਸਰ ਨੇ ਇੱਥੇ ਆ ਕੇ ਬੂਟੇ ਲਗਾਉਣ ਦਾ ਕੰਮ ਕੀਤਾ ਤੇ ਨਾਲ ਸਾਰੇ ਹੀ ਧਰਮਾਂ ਦੇ ਲੋਕ ਲੈਤੇ ਨੇ ਇੱਕ ਮੈਸੇਜ ਜ਼ਰੂਰ ਦਿੰਦਾ ਪੂਰੀ ਦੁਨੀਆ ਨੂੰ ਕਿ ਹਮੇਸ਼ਾ ਹੀ ਇੱਕ ਦੂਸਰੇ ਧਰਮਿਕ ਸਥਲਾਂ ਦਾ ਇੱਜ਼ਤ ਮਾਨ ਕਰਨ ਉਹਨਾਂ ਨੂੰ ਸਨਮਾਨ ਕਰਨ ਤੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਬੂਟੇ ਜ਼ਰੂਰ ਲਗਾਉਣ ਮਲੇਰਕੋਟਲਾ ਤੋਂ ਕਮਾਂਡ ਪਰਦੇ ਨਾਲ ਸੁੱਖਾ ਖੇੜੀਵਾਲਾ